ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਆਪਾਂ ਨੂੰ ਸਿਲਾਈ ਉੱਪਰ ਪੰਜ ਪੰਜ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ, ਤਿੰਨ ਕੁੰਡੇ ਵੱਧ। ਚਲੋ ਜੀ ਸਟਾਰਟ ਕਰਦੇ ਆਪਾਂ ਇਹ ਡਿਜ਼ਾਇਨ ਬਣਾਉਣਾ। ਪਹਿਲਾ ਕੁੰਡਾ ਆਪਾਂ ਬਿਨ ਬੁਣਿਆ ਉਤਾਰਾਂਗੇ, ਇੱਕ ਕੁੰਡਾ ਸਿੱਧਾ ਬਣਾਂਗੇ, ਧਾਗਾ ਆਪਣੇ ਵੱਲ ਕਰਕੇ ਵਲ ਪਾਵਾਂਗੇ, ਅਤੇ ਆਹ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਅਗਲੇ ਦੋ ਕੁੰਡਿਆਂ ਦਾ ਫਿਰ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ। ਸਿਲਾਈ ਉੱਪਰ ਵਲ ਪਾਵਾਂਗੇ ਇਸ ਤਰ੍ਹਾਂ, ਇੱਕ ਕੁੰਡਾ ਸਿੱਧਾ ਬਣਾਂਗੇ, ਸਿਲਾਈ ਉੱਪਰ ਫਿਰ ਵਲ ਪਾਵਾਂਗੇ, ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਪਹਿਲਾ ਕੁੰਡਾ ਉਲਟਾਵਾਂਗੇ, ਦੋ ਕੁੰਡਿਆਂ ਨੂੰ ਇਕੱਠੇ ਬੁਣ ਦਾਂਗੇ, ਫਿਰ ਇਹ ਵਾਲੇ ਦੋ ਕੁੰਡਿਆਂ ਨੂੰ ਇਕੱਠੇ ਬੁਣ ਦਾਂਗੇ, ਸਿਲਾਈ ਉੱਪਰ ਵਲ ਪਾਵਾਂਗੇ ਇਸ ਤਰ੍ਹਾਂ, ਇੱਕ ਕੁੰਡਾ ਸਿੱਧਾ ਬੁਣਾਂਗੇ, ਸਿਲਾਈ ਉੱਪਰ ਫਿਰ ਵਲ ਪਾਵਾਂਗੇ, ਇਸ ਕੁੰਡੇ ਨੂੰ ਉਲਟਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ। ਅਗਲੇ ਦੋ ਕੁੰਡਿਆਂ ਦਾ ਫਿਰ ਇੱਕ ਕੁੰਡਾ ਕਰਾਂਗੇ, ਸਿਲਾਈ ਉੱਪਰ ਵਲ ਪਾਵਾਂਗੇ ਇਸ ਤਰ੍ਹਾਂ, ਇੱਕ ਕੁੰਡਾ ਸਿੱਧਾ ਬੁਣਾਂਗੇ, ਸਿਲਾਈ ਉੱਪਰ ਵਲ ਪਾਵਾਂਗੇ, ਇਸ ਕੁੰਡੇ ਨੂੰ ਉਲਟਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਇਹਨਾਂ ਦੋ ਕੁੰਡਿਆਂ ਦਾ ਫਿਰ ਇੱਕ ਕੁੰਡਾ ਕਰਾਂਗੇ, ਸਿਲਾਈ ਉੱਪਰ ਵਲ ਪਾਵਾਂਗੇ, ਇੱਕ ਕੁੰਡਾ ਸਿੱਧਾ ਬੁਣਾਂਗੇ। ਦੂਸਰੀ ਸਿਲਾਈ ਸਾਰੀ ਉਲਟੀ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਤੀਸਰੀ ਸਿਲਾਈ ਸਾਰੀ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ। ਚੌਥੀ ਸਿਲਾਈ ਪੂਰੀ ਉਲਟੀ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਇਹ ਚਾਰ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ, ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।